ਬਾਕੀ ਇੱਥੇ ਤੱਕ ਪਹੁੰਚੇ ਹਾਂ ਤਾਂ ਕੁਛ ਕਰਨਾ ਤਾਂ ਹੈਗਾ ਹੀ ਅੱਜ ਜੀ ਰਾਣੀ ਖੜੀ ਆ ਆਪਣੀ ਇਹਨੂੰ ਸਾਫ਼ ਕਰਦੇ ਹਾਂ ਹੁਣ ਤਾਂ ਤੈਨੂੰ ਸਟਾਰਟ ਕਰਦੇ ਹਾਂ ਲਓ ਵੀ ਅੱਜ ਆਪਾਂ ਆ ਬ੍ਰਹਮਲੀ ਸਿਟੀ ਸੈਂਟਰ ਕ੍ਰਿਸਮਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਹਦੀਆਂ ਅਤੇ ਸਭ ਤੋਂ ਵੱਧ ਗਿਰਨ ਦੇ ਚਾਂਸ ਇਹਦੇ ਵਿੱਚ ਲਓ ਵੀ ਮਿੱਤਰੋ ਪੈ ਗਈ ਆ ਸਨੋ ਪਹਿਲੀ ਹੋਇਆ ਪਿਆ ਚਿੱਟਾ ਹੀ ਚਿੱਟਾ ਸਾਰਾ ਕੁਛ ਇਹ ਘੱਟ ਗਈ ਆ ਧੁੱਪ ਜੀ ਨਿਕਲ ਗਈ ਕਿਉਂਕਿ ਰਾਣੀ ਖੜੀ ਆ ਆਪਣੀ ਇਹਨੂੰ ਸਾਫ਼ ਕਰਦੇ ਹਾਂ ਹੁਣ ਤਾਂ ਤੈਨੂੰ ਸਟਾਰਟ ਕਰਦੇ ਹਾਂ ਜਦ ਮੈਂ ਸਵੇਰੇ ਉੱਠਿਆ ਸੀਗਾ ਨਾ ਉਦੋਂ ਪੂਰਾ ਐਨ ਰੋਡ ਵੀ ਚਿੱਟੀ ਚਿੱਟੀ ਹੋਈ ਪਈ ਸੀਗੀ ਹੁਣ ਤਾਂ ਠੀਕ ਆ ਗੱਡੀ ਨੂੰ ਕਰਦੇ ਹਾਂ ਸਾਫ਼ ਆਪਾਂ ਕਿਉਂਕਿ ਇੱਥੇ ਸਾਫ਼ ਕੀਤੇ ਤੋਂ ਬਿਨਾਂ ਗੱਡੀ ਆਪਾਂ ਤੋਰ ਨਹੀਂ ਸਕਦੇ ਸਨੋਹ ਹਟਾਉਂਦੇ ਹਾਂ ਸਨੋਹ ਹਟਾਉਣ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਆਹ ਹਾਲ ਹੋ ਜਾਂਦਾ ਹਾਲੇ ਤਾਂ ਅੱਧਾ ਪੌਣਾ ਘੰਟਾ ਹੀ ਪਈ ਲੱਗਦੀ ਹੈ ਰਾਤ ਨੂੰ ਮੈਨੂੰ ਨਿਕਲਦੇ ਹਾਂ ਬਾਹਰ ਇੱਦਾਂ ਕਰਨੀ ਪੈਂਦੀ ਹੈ ਸਨੋਹ ਸਾਫ਼ ਪਹਿਲਾਂ ਥੋੜ੍ਹਾ ਆਪ ਸਾਫ਼ ਆਪਣੇ ਆਪ ਨੂੰ ਸਾਫ਼ ਕਰਕੇ ਆਓ ਫਿਰ ਥੱਲੇ ਜਾ ਕੇ ਅੱਧਾ ਘੰਟਾ ਸਨੋਹ ਸਾਫ਼ ਕਰੋ ਹਾਲੇ ਤਾਂ ਡਰਾਈਵ ਸਾਫ਼ ਨੇ ਤਾਂ ਤੋਂ ਇੱਕ ਅੱਧਾ ਹਫ਼ਤਾ ਹੋਰ ਅਟਕੋ ਫਿਰ ਤੁਹਾਨੂੰ ਡਰਾਈਵ ਦਾ ਵੀ ਹਾਲ ਦਿਖਾਵਾਂਗੇ ਉਰੇ ਆਪਾਂ ਚੌਂਕ 'ਤੇ ਹਾਂ ਅਤੇ ਸਨੋਹ ਫੇਰ ਹੋ ਰਹੀ ਆ ਘਰ ਜਾਣਾ ਪਤਾ ਨਹੀਂ ਕਿਵੇਂ ਜਾਣਾ ਇੱਦਾਂ ਦਾ ਮਾਹੌਲ ਆ ਸਨੋਹ ਦੇ ਵਿੱਚ ਮੇਰੇ ਵੀਰਿਓ ਇਹ ਕਹਿੰਦੇ ਹਾਲੇ ਕੁਛ ਵੀ ਨਹੀਂ ਹੈਗੀ ਇਹ ਤਾਂ ਹਾਲੇ ਸਟਾਰਟਿੰਗ ਜੀ ਹੋਈ ਹੈ ਇੱਕ ਸਨੋਹ ਨਹੀਂ ਪਈ ਹੈਗੀ ਸਨੋਹ ਦੀ ਇਹ ਪਹਿਲੀ ਸਟੇਜ ਆ ਐਂ ਜੰਮਿਆ ਪਿਆ ਵਾ ਕੰਮ ਜਮਾਂ ਹੀ ਸਲਿੱਪਰੀ ਸਲਿੱਪਰੀ ਜਿਹਾ ਹੋਇਆ ਹੋਇਆ ਜੰਮ ਗਈ ਆ ਹੁਣ ਸਨੋਹ ਅਤੇ ਪੈਰ ਵੀ ਹੁਣ ਬਚਾ ਬਚਾ ਕੇ ਧਰਨਾ ਪੈਂਦਾ ਤਾਂ ਹੀ ਫਿਰ ਸਨੋਹ ਵਾਲੇ ਬੂਟ ਲੈਣੇ ਪੈਂਦੇ ਨੇ ਉਰੇ ਹੱਥ ਬਾਹਰ ਕੱਢਦੇ ਆ ਫਰੀਜ਼ ਹੁੰਦੇ ਆ ਹੱਥ ਬੱਸ 'ਚ ਬਹਿ ਕੇ ਬਣਾ ਲਿਆ ਬਲੋਕ ਬਾਕੀ ਦਾ ਮੌਸਮ ਸਾਫ਼ ਹੋ ਗਿਆ ਵਾ ਪਰ ਇੱਥੇ ਮੌਸਮ ਸਾਫ਼ ਦੇ ਵਿੱਚ ਵੀ ਸਨੋਹ ਗਿਰ ਜਾਂਦੀ ਆ ਕੁਛ ਨਹੀਂ ਪਤਾ ਲੱਗਦਾ ਠੰਡ ਕੁਛ ਇਸ ਹਿਸਾਬ ਨਾਲ ਆ ਮੂੰਹ 'ਤੇ ਮਫਲਰ ਲਿਆ ਹੋਇਆ ਵਾ ਅਤੇ ਜਦੋਂ ਸਾਹ ਲੈਂਦੇ ਹਾਂ ਨਾ ਤਾਂ ਵੀ ਠੰਡੀ ਠੰਡੀ ਹਵਾ ਚੀਰਦੀ ਜਾਂਦੀ ਆ ਸਿਰ ਤੱਕ ਸਭ ਤੋਂ ਵੱਧ ਜਿਹੜੀ ਠੰਡੀ ਹਵਾ ਇੱਥੇ ਲੱਗਦੀ ਆ ਤਾਂ ਨੱਕ ਰਾਹੀਂ ਜਾਂਦੀ ਆ ਅੰਦਰ ਨੂੰ ਮਤਲਬ ਜੇ ਹੱਥ ਤੁਸੀਂ ਬਾਹਰ ਕੱਢ ਲਓ 10 ਸੈਕਿੰਡ ਲਈ ਅਤੇ ਇਹ ਹਾਲ ਆ ਕਿ ਹੱਥ ਆਕੜ ਜਾਂਦਾ ਵਾ ਅਤੇ ਉਂਗਲਾਂ ਫੋਲਡ ਕਰਦੇ ਨਾ ਦੁਖਣ ਲੱਗ ਜਾਂਦੀਆਂ ਨੇ ਹਾਲੇ ਕਿ ਇਹ 25% ਠੰਡ ਹੋਈ ਆ ਇੱਥੋਂ ਦੀ ਹਾਲੇ ਜਲਵਾ ਦੇਖਣਾ ਬਾਕੀ ਆ ਬਾਕੀ ਆਪਾਂ ਬੱਸ ਦੀ ਵੇਟ ਕਰ ਰਹੇ ਹਾਂ ਆਪਣੀ ਦੀ ਕੰਮ ਛੱਡਿਆ ਵਾ ਹੁਣੇ ਅਤੇ ਬੱਸ ਆਉਂਦੀ ਆ ਫਿਰ ਚੱਲਦੇ ਹਾਂ ਇੱਥੋਂ ਦੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਆ ਬਾਬੇ ਦਿਖਾਉਣਾ ਤੁਹਾਨੂੰ ਮੈਂ ਬੈਕ ਕੈਮਰਾ ਕਰਦਾ ਇੱਥੋਂ ਦੀ ਆਹ ਗੱਲ ਬੜੀ ਵਧੀਆ ਵਾ ਕਿ ਇੱਥੇ ਆ ਨਾ ਬਰਫ਼ ਸਨੋਹ ਡਿੱਗਣ ਤੋਂ ਪਹਿਲਾਂ ਇੱਥੇ ਨੂਣ ਜਿਹਾ ਵਿਛਾ ਦਿੰਦੇ ਆ ਬਜਰੀ ਟਾਈਪ ਹੁੰਦਾ ਇਹ ਪੂਰੀਆਂ ਸੜਕਾਂ 'ਤੇ ਜਿੱਥੇ ਜਿੱਥੇ ਤੁਰਨਾ ਬੰਦੇ ਨੇ ਉੱਥੇ ਇਹ ਵਿਛਾ ਦਿੰਦੇ ਆ ਜਿਹਦੇ ਨਾਲ ਬਰਫ਼ ਨਾਲ ਦੀ ਨਾਲ ਪਿਘਲਦੀ ਰਹਿੰਦੀ ਆ ਇਹਨਾਂ ਦੇ ਬਰਫ਼ ਨਾ ਹੋਣ ਦਾ ਕਾਰਨ ਇਹੀ ਆ ਕਿ ਜਦੋਂ ਵੀ ਸਨੋਹ ਪੈਂਦੀ ਆ ਅਤੇ ਉੱਤੇ ਗਿਰਦੀ ਆ ਅਤੇ ਇਹਨੂੰ ਪਗੜਾ ਦਿੰਦੀ ਆ ਪਾਣੀ 'ਚ ਬਦਲ ਦਿੰਦੀ ਆ ਅਤੇ ਬਾਕੀ ਜਗ੍ਹਾ 'ਤੇ ਬਰਫ਼ ਉਵੇਂ ਹੀ ਰਹਿੰਦੀ ਆ ਜਿੱਥੇ ਇੱਥੇ ਬੰਦਿਆਂ ਨੇ ਤੁਰਨਾ ਹੁੰਦਾ ਵਾ ਉਸ ਜਗ੍ਹਾ 'ਤੇ ਬਰਫ਼ ਆ ਪਾ ਜਾਂਦੇ ਆ ਬਜਰੀ ਜੀ ਇਹ ਪਗੜਾਉਂਦੀ ਰਹਿੰਦੀ ਆ ਬਰਫ਼ ਨੂੰ ਅਤੇ ਠੰਡ ਬੜੀ ਆ ਦੱਸ ਕੇ ਹੀ ਕੱਟਿਆ ਤੁਹਾਨੂੰ ਮੈਂ ਲਓ ਵੀ ਅੱਜ ਆਪਾਂ ਆ ਬ੍ਰਹਮਲੀ ਸਿਟੀ ਸੈਂਟਰ ਕ੍ਰਿਸਮਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਹਦੀਆਂ ਪਰੇਡ ਰੂਮ ਬਣਾਏ ਹੋਏ ਨੇ ਜਦੋਂ ਵੀ ਸਵੇਰੇ ਨਹਾਉਣ ਤੋਂ ਬਾਅਦ ਆ ਵਿੰਡੋ ਜਾਣਾ ਨਾ ਰੋਜ਼ ਦਾ ਮੌਸਮ ਚੇਂਜ ਹੁੰਦਾ ਵਾ ਰੋਜ਼ ਤਾਂ ਹਰ ਰੋਜ਼ ਅੱਜ ਫਿਰ ਸਨੋਹ ਜੀ ਪੈ ਰਹੀ ਆ ਕੱਲ੍ਹ ਧੁੱਪ ਨਿਕਲੀ ਹੋਈ ਸੀ ਬਸ ਆਹੀ ਕੁਛ ਚੱਲਦਾ ਰਹਿੰਦਾ ਹੋਰ 6 ਮਹੀਨੇ ਆਈ ਚੱਲਣਾ
ਰੁਕਿਆ ਹੋਇਆ ਕਿਸੇ ਗੱਡੀ ਨੂੰ, ਪੁਲਿਸ ਵਾਲੇ ਦੀਆਂ ਲਾਈਟਾਂ ਹੀ ਚੱਲ ਰਹੀਆਂ ਨੇ ਸਵੇਰੇ ਸਵੇਰੇ ਤੋਂ, ਉਹ ਟਿਕਟ ਹੁਣ ਆਪਾਂ ਚੱਲੇ ਹਾਂ ਹੁਣ ਜਵਾਕਾਂ ਨੂੰ ਸਕੂਲੋਂ ਲੈਣ। ਠੰਡ ਬੜੀ ਜ਼ਿਆਦਾ ਆ, ਬਾਹਰ ਦਾ ਹਾਲ ਕੁਛ ਇੱਦਾਂ ਦਾ ਵਾ, ਇਹ ਸਾਰੀ ਉੱਪਰ ਬਰਫ ਹੀ ਬਰਫ ਜੰਮੀ ਹੋਈ ਆ। ਠੰਡ ਨੀ ਹੈਗੀ ਇੰਨੀ, ਮਤਲਬ ਜਿਵੇਂ ਪਹਿਲਾਂ ਕੋਈ ਠੰਡ ਸੀਗੀ ਹਵਾ ਚੱਲਦੀ ਸੀ ਉਹ ਨੀ ਹੈਗੀ, ਪਰ ਸਨੋਹ ਪੈ ਰਹੀ ਆ ਅੱਜ ਸਵੇਰ ਦੀ। ਕੰਮ ਵੀ ਆ ਆਪਣਾ 6 ਵਜੇ ਤੇ 4 ਸਾਢੇ 4 ਨਿਕਲਾਂਗੇ ਘਰੋਂ, ਉਹ ਤੱਕ ਰੱਬ ਮਿਹਰ ਕਰੇ ਹਟ ਜਾਵੇ, ਨਹੀਂ ਤਾਂ ਬੱਸ ਦੇ ਵਿੱਚ ਬਹੁਤ ਔਖਾ ਹੋਊਗਾ ਆਉਣ ਜਾਣ ਦੇ ਵਿੱਚ। ਤੁਰ ਕੇ ਵੀ ਹੈਗਾ ਆਪਣਾ ਕਾਫੀ, ਅੱਜ ਤੁਰਨ ਦਾ ਵੀ 15-20 ਮਿੰਟ ਦਾ ਰਾਸਤਾ ਵਾ, ਤੇ ਦੇਖਦੇ ਹਾਂ ਚਲੋ ਕੀ ਬਣਦਾ ਵਾ। ਸਨੋਹ ਪੈਣੀ ਸ਼ੁਰੂ ਹੋਈ ਆ ਅੱਜ, ਪਹਿਲਾਂ ਫਲਰੀਆਂ ਪੈਂਦੀਆਂ ਸੀਗੀਆਂ, ਅੱਜ ਪ੍ਰੋਪਰ ਸਨੋਹ ਜਿਹਨੂੰ ਕਹਿੰਦੇ ਆ ਉਹ ਪੈਣੀ ਸ਼ੁਰੂ ਹੋਈ ਆ, ਤੇ ਇੱਦਾਂ ਦਾ ਕੁਛ ਸੀਨ ਬਣ ਜਾਂਦਾ ਸਨੋਹ ਦੇ ਵਿੱਚ ਉਰੇ, ਮਤਲਬ ਟ੍ਰੈਫਿਕ ਵੀ ਸਲੋ ਹੋ ਜਾਂਦੀ ਆ, ਤੇ ਲੋਕ ਇੰਨੇ ਕੁ ਸਮਝਦਾਰ ਨੇ ਕਿ ਹਰ ਇੱਕ ਚੀਜ਼ ਆਪਣੇ ਆਪ ਹੀ, ਮਤਲਬ ਉਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਤੇ ਹੁਣ ਆ ਗੱਡੀ ਵਾਲਾ ਕੋਲ ਦੀ ਗਿਆ, ਜਗ੍ਹਾ ਨਹੀਂ ਹੈਗੀ ਮੇਰੇ ਕੋਲ ਪਾਰਕਿੰਗ ਲਈ, ਤਾਂ ਉਹਨੇ ਇੱਜ਼ਤ ਮਾਨ ਮੈਂ ਹੌਲੀ ਜਿਹਾ ਕੱਟ ਲਈ। ਲਓ ਵੀ ਜਵਾਕਾਂ ਦੇ ਸਕੂਲੇ ਪਹੁੰਚ ਗਏ ਹਾਂ ਆਪਾਂ, ਅਤੇ ਬਾਹਰਲਾ ਮਾਹੌਲ ਵੀ ਤੁਹਾਨੂੰ ਦਿਖਾਉਣੇ ਆ ਕਿੱਦਾਂ ਦਾ ਵਾ। ਭੈਣ ਲੈਣ ਗਈ ਆ ਜਵਾਕਾਂ ਨੂੰ, ਆਪਾਂ ਗੱਡੀ 'ਚ ਬੈਠੇ ਹਾਂ ਕਿਉਂਕਿ ਇੱਥੇ ਪਾਰਕਿੰਗ ਪੂਰਕਿੰਗ ਦਾ ਔਖਾ ਹੀ ਆ, ਮਿਲਦੀ ਮੁਲਦੀ ਨਹੀਂ ਹੈਗੀ ਪਾਰਕਿੰਗ, ਅਤੇ ਗੱਡੀ 'ਚ ਬੈਠਣਾ ਪੈਂਦਾ ਵਾ, ਤਾਂ ਕਰਕੇ ਫਿਰ ਮੈਂ ਨਾਲ ਆ ਗਿਆ ਸੀ। ਅੱਜ ਮੌਸਮ ਵੀ ਖਰਾਬ ਆ, ਨਹੀਂ ਤਾਂ ਭੈਣ ਇਕੱਲੀ ਵੀ ਆ ਜਾਂਦੀ ਹੁੰਦੀ, ਗੱਡੀ ਲਾ ਕੇ ਲੈ ਜਾਂਦੀ ਹੁੰਦੀ, ਅੱਜ ਮੌਸਮ ਖਰਾਬ ਆ, ਪਾਰਕਿੰਗ ਦਾ ਔਖਾ ਹੋ ਜਾਂਦਾ ਫਿਰ ਉਰੇ। ਅਤੇ ਸਵੇਰ ਦੀ ਪੈ ਰਹੀ ਆ ਸਨੋਹ ਅੱਜ, ਚਿੱਟੀ ਚਾਦਰ ਵਿਛਾਤੀ ਐਨ, ਗਰਾਊਂਡ ਗਰੂੰਡ ਚਿੱਤ ਕਰਤੇ ਨੇ, ਘਰਾਂ ਦੀਆਂ ਛੱਤਾਂ ਛੁੱਤਾਂ ਐਨ ਚਿੱਤ ਕਰਤੀਆਂ ਨੇ। ਗੱਡੀ 'ਚੋਂ ਨਿਕਲ ਕੇ ਤੁਹਾਨੂੰ ਮੈਂ ਦਿਖਾਊਂਗਾ, ਫਿਲਹਾਲ ਤਾਂ ਗੱਡੀ ਦੇ ਵਿੱਚੋਂ ਤਾਂ ਨਹੀਂ ਕੁਛ ਦਿਖਣਾ, ਦੂਰ ਨੇ ਘਰ ਥੋੜ੍ਹੇ। ਅਤੇ ਗੱਲ ਸਾਰੀ ਇੱਦਾਂ ਵਾ ਕਿ ਬਸ ਇੱਥੇ ਤਾਮਯਾਮ ਸ਼ੁਰੂ ਹੋ ਗਿਆ ਵਾ ਠੰਡ ਦਾ, ਸਨੋਹ ਦਾ, ਅਤੇ ਸਨੋਹ ਕਹਿੰਦੇ ਇਸ ਹਿਸਾਬ ਨਾਲ ਪੈਂਦੀ ਆ ਕਿ ਜਿਹੜੀਆਂ ਸੜਕਾਂ ਹੁੰਦੀਆਂ ਨੇ ਉਹ ਤਾਂ ਚੱਲ ਕਲੀਅਰ ਹੋ ਜਾਂਦੀਆਂ ਨੇ, ਅਤੇ ਜਿਹੜੇ ਡਰਾਈਵੇ ਡਰੂਈਵੇ ਹੁੰਦੇ ਆ ਉਹਨਾਂ ਨੂੰ ਕਲੀਅਰ ਕਰਨਾ ਆਪਣਾ ਹੁੰਦਾ ਵਾ, ਅਤੇ ਉਹ ਇਸ ਹਿਸਾਬ ਨਾਲ ਪੈਂਦੀ ਆ ਕਿ ਚੱਕਣ ਤੋਂ ਬਾਅਦ ਨਾਲ 5-5 ਫੁੱਟ ਦੇ ਢੇਰ ਲੱਗ ਜਾਂਦੇ ਆ, ਅਤੇ ਜੰਮਦੀ ਨਹੀਂ ਹੈਗੀ ਕਿਉਂਕਿ ਬਾਹਰਲਾ ਟੈਂਪਰੇਚਰ ਇੰਨਾ ਕੁ ਥੱਲੇ ਹੁੰਦਾ ਵਾ, -25-30-35 ਵੀ ਹੋ ਜਾਂਦਾ ਵਾ, ਕਿ ਉਹ ਜਿੱਥੇ ਚੱਕ ਕੇ ਰੱਖਾਂਗੇ ਉੱਦਾਂ ਹੀ ਰਹਿੰਦੀ ਆ, ਪਿਘਲਦੀ ਨਹੀਂ ਹੈਗੀ ਫਿਰ ਉਹ। ਅਤੇ ਹੁਣ ਤੁਸੀਂ ਆਪਣੇ ਆਪ ਹਿਸਾਬ ਲਾ ਸਕਦੇ ਹੋ ਕਿ ਕਿੰਨਾ ਕੁ ਬੁਰਾ ਹਾਲ ਹੁੰਦਾ, ਉਹ ਤੁਰਨਾ, ਚਿੱਕੜ, ਬੂਟ ਵੀ ਫਿਰ ਪੂਰੇ ਨੌਨ ਸਲਿਪਰੀ ਚਾਹੀਦੇ ਹੁੰਦੇ ਆ, ਮੋਟੇ ਜਿਨ੍ਹਾਂ ਵਿੱਚ ਪਾਣੀ ਨਾ ਜਾਵੇ, ਸਾਰਾ ਕੁਛ ਤਾਮਯਾਬ ਜਿਹੜੇ ਬੱਸਾਂ 'ਚ ਜਾਂਦੇ ਨੇ ਵਿਚਾਰੇ ਮੇਰੇ ਵਰਗੇ, ਉਹਨਾਂ ਲਈ ਬਹੁਤ ਔਖਾ, ਮਤਲਬ ਬੜੀ ਸਟਰਗਲ ਭਰੀ ਜ਼ਿੰਦਗੀ ਹੋ ਜਾਂਦੀ ਆ ਸਨੋਹ ਦੇ ਵਿੱਚ। ਅਤੇ ਪਰ ਫਿਰ ਵੀ ਲਾਈਫ ਚੱਲੀ ਜਾਂਦੀ ਆ ਉਰੇ, ਐਡਾ ਕੋਈ ਚੱਕਰ ਨਹੀਂ, ਤੂਫਾਨ ਵੀ ਆਉਂਦੇ ਨੇ ਸਨੋਹ ਦੇ ਤਾਂ ਵੀ ਚੱਲੀ ਜਾਂਦੀ ਆ, ਸਹੂਲਤਾਂ ਵਧੀਆ ਨੇ ਬੱਸਾਂ ਦੇ ਵਿੱਚ, ਹੀਟਾਂ ਨੇ, ਥਾਂ ਥਾਂ 'ਤੇ ਸਟੋਪ ਆ ਬੱਸ ਦਾ, ਥੋੜ੍ਹਾ ਟਾਈਮ ਲਈ ਚਲੋ ਵੇਟ ਕਰਨੀ ਪੈਂਦੀ ਆ, ਪਰ ਵਧੀਆ ਵਾ, ਬੰਦਾ ਆਉਂਦਾ ਵਾ, ਕੰਮ ਕਰਦਾ ਵਾ, ਕਿਸੇ ਧੰਦੇ ਲੱਗਦਾ ਵਾ, ਵਿਹਲਾ ਦਿਮਾਗ ਨਹੀਂ ਰਹਿੰਦਾ ਹੈਗਾ, 100 ਚੀਜ਼ ਸੋਚਦਾ ਵਾ ਕਿ ਆਹ ਕਰਨਾ, ਉਹ ਕਰਾਂਗੇ, ਤੋਂ ਬਾਅਦ ਆਹ ਕਰਾਂਗੇ, ਦਿਮਾਗ ਚੱਲਦਾ ਰਹਿੰਦਾ, ਮਤਲਬ ਵਿਹਲਾ, ਮਤਲਬ ਕੋਈ ਵੀ ਜੋਬ ਦੇ ਵਿੱਚ ਆਪਾਂ ਵੜਦੇ ਹਾਂ ਤਾਂ ਉਹ ਜੋਬ ਦੇ ਵਿੱਚ ਆਪਾਂ ਸੀਮਤ ਨਹੀਂ ਰਹਿੰਦੇ ਹੈਗੇ, ਕਿ ਬੰਦਾ ਉਹ ਜੋਬ ਤੋਂ ਬਾਅਦ ਵੀ ਸੋਚਦਾ ਵਾ ਕਿ ਮੈਂ ਇਹ ਤੋਂ ਉੱਤੇ ਥੋੜ੍ਹਾ ਜਿਹਾ ਕੁਛ ਹੋਰ ਕਰਾਂ, ਕਿ ਮੇਰੇ 4 ਪੈਸੇ ਵੱਧ ਆਉਣ, ਅਤੇ ਮੈਂ ਆਪਣਾ ਕੰਮ ਖੋਲ੍ਹਣ ਦੀ ਟਰਾਈ ਕਰਾਂ, ਸਭ ਦੀ ਇਹੀ ਇੱਛਾ ਹੁੰਦੀ ਆ ਉਰੇ। ਅਤੇ ਜਿਹੜੇ ਮੰਨ ਕੇ ਚੱਲੋ ਕਿ ਮੰਨ ਲੈਂਦੇ ਆ ਕਿ ਆਪਣਾ ਕੰਮ ਖੋਲ੍ਹਣਾ ਹੀ ਆ, ਧਾਰ ਹੀ ਲੈਂਦੇ ਆ, ਉਹ ਖੋਲ੍ਹ ਵੀ ਲੈਂਦੇ ਨੇ, ਕੋਈ ਵੱਡੀ ਗੱਲ ਨਹੀਂ। ਮੈਨੂੰ ਬਹੁਤ ਜਣੇ ਪੁੱਛਦੇ ਆ ਕਿ ਇੱਧਰ ਆਪਾਂ ਆਪਣਾ ਕੰਮ ਕਰ ਸਕਦੇ ਹਾਂ, ਕਿ ਕਰ ਸਕਦੇ ਹਾਂ ਵੀਰੇ, ਜ਼ਰੂਰ ਕਰ ਸਕਦੇ ਹਾਂ, ਪਰ ਥੋੜ੍ਹਾ ਟਾਈਮ ਲੱਗਦਾ ਹਰੇਕ ਚੀਜ਼ ਨੂੰ। ਤੁਸੀਂ ਇੰਡੀਆ ਛੱਡ ਕੇ ਆਏ ਹੋ, ਕਿਸੇ ਵੀ ਕੰਟਰੀ ਨੂੰ ਆਪਣੇ ਨੂੰ ਛੱਡ ਕੇ ਆਏ ਹੋ, ਜਨਮ ਭੂਮੀ ਨੂੰ, ਅਤੇ ਉਹ ਤੋਂ ਬਾਅਦ ਇੱਥੇ ਆ ਕੇ ਘੱਟੋ ਘੱਟ ਇੱਥੇ ਆ ਕੇ ਇੱਥੇ ਦੀ ਜ਼ਿੰਦਗੀ ਨੂੰ 2-3 ਸਾਲ ਦੇਵੋ, ਉਹ ਤੋਂ ਬਾਅਦ ਸੈਟਿੰਗ ਆਉਂਦੀ ਆ। 2-3 ਸਾਲ ਦੇ ਵਿੱਚ ਇਹ ਨਾ ਸੋਚੋ ਕਿ ਕੀ ਗਵਾਇਆ ਕੀ ਪਾਇਆ, ਕਿਉਂਕਿ ਤੁਹਾਡੇ ਕੋਲ ਗਵਾਉਣ ਨੂੰ ਕੁਛ ਨਹੀਂ ਹੋਊਗਾ, ਅਤੇ ਤੁਹਾਡੇ ਕੋਲ ਪਾਉਣ ਨੂੰ ਵੀ ਕੁਛ ਨਹੀਂ ਹੋਊਗਾ, ਜਿੰਨਾ ਤੁਸੀਂ ਕਮਾਓਗੇ ਤੁਹਾਡੇ ਖਰਚਿਆਂ ਦੇ ਵਿੱਚ ਹੀ ਨਿਕਲ ਜਾਣਾ ਸਾਰਾ ਉਹ। ਤਾਂ ਸੋ ਥੋੜ੍ਹਾ ਜਿਹਾ ਟਾਈਮ ਦਿਆ ਕਰੋ, ਮੈਨੂੰ ਬੜੇ ਮੁੰਡੇ ਇੱਥੇ ਮਿਲਦੇ ਵੀ ਨੇ ਕਿ ਬਾਈ ਉਰੇ ਕੁਛ ਨਹੀਂ ਹੈਗਾ, ਕੁੜੀਆਂ ਵੀ ਬਹੁਤ ਮਿਲਦੀਆਂ ਨੇ, ਕੁੜੀਆਂ ਦਾ ਦਿਲ ਤਾਂ ਵੈਸੇ ਹੀ ਛੋਟਾ ਹੁੰਦਾ ਵਾ, ਡਰ ਜਾਂਦੀਆਂ ਨੇ, ਅਤੇ ਬਥੇਰੀਆਂ ਮਿਲਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕੁਛ ਨਹੀਂ ਹੈਗਾ, ਅਰੇ ਇੰਡੀਆ ਚੰਗੇ ਸੀਗੇ। ਪਰ ਇਹ ਦੇਖੋ ਨਾ, ਇੰਡੀਆ ਤੁਸੀਂ ਆਪਣੇ ਮਾਂ ਬਾਪ ਦੇ ਉੱਤੇ ਸਿਰ ਦੇ ਉੱਪਰ ਐਸ਼ ਕਰਦੇ ਸੀ, ਇੱਥੇ ਤੁਸੀਂ ਆਪਣੀ ਖੁਦ ਦੀ ਲਾਈਫ ਬਣਾ ਕੇ ਖੁਦ ਐਸ਼ ਕਰਨੀ, ਉਹਦਾ ਸਵਾਦ ਅਲੱਗ ਹੀ ਹੁੰਦਾ ਵਾ। ਮੰਨਦੇ ਹਾਂ ਮਾਂ ਬਾਪ ਵੀ ਆਪਣਾ ਵਧੀਆ ਕਰਦੇ ਨੇ, ਪਰ ਮਾਂ ਬਾਪ ਕਿੰਨਾ ਕੁ ਟਾਈਮ ਆਪਾਂ ਆਪਣਾ ਕਰਨਗੇ।
ਆਪਣੀ ਵੀ ਤਾਂ ਆਪਣਾ ਵੀ ਤਾਂ ਕੁਛ ਹੈ ਕਿ ਆਪਾਂ ਮਾਂ ਬਾਪ ਨੂੰ ਕਮਾ ਕੇ ਕੁਛ ਦਈਏ ਤਾਂ ਸੋ ਲੋਕ ਮੋਟੀਵੇਟ ਕਰਨ ਵਾਲੇ ਵੀ ਬਹੁਤ ਨੇ ਤੁਹਾਨੂੰ ਭਜਾਉਣ ਵਾਲੇ ਵੀ ਬਹੁਤ ਮਿਲਣਗੇ ਉਦੋਂ ਆਪਣਾ ਆਏ ਹੋ ਨਜ਼ਾਰੇ ਲਵੋ ਦੋ ਤਿੰਨ ਸਾਲ ਦਵੋ ਇੱਥੋਂ ਦੀ ਲਾਈਫ ਨੂੰ ਜੀਰੋ ਤੋਂ ਲਾਈਫ ਸਟਾਰਟ ਕੀਤੀ ਹੁੰਦੀ ਆ ਤਾਂ ਔਖਾ ਤਾਂ ਹੁੰਦਾ ਹੀ ਆ ਤਾਂ ਕਰਕੇ ਸਾਰਾ ਕੁਛ ਸੈਟਿੰਗ ਆ ਜਾਣੀ ਆ ਕੰਮ ਵੀ ਆਪਾਂ ਕਰ ਸਕਦੇ ਹਾਂ ਆਪਣੇ ਉਰੇ ਕੁਛ ਨਹੀਂ ਹੁੰਦਾ ਹੈਗਾ ਹੌਲੀ ਹੌਲੀ ਚੱਲ ਪੈਣਾ ਕੰਮ ਸਿਸਟਮ ਜਦੋਂ ਮੈਂ ਇੱਥੇ ਆਇਆ ਸੀਗਾ ਮੇਰੇ ਖਿਆਲ 'ਚ ਮੈਂ ਅਗਸਤ ਦੇ ਮਹੀਨੇ ਆਇਆ ਸੀ ਪਹਿਲੇ ਵੀਕ 'ਚ ਤਾਂ ਮੈਨੂੰ ਬੜੀ ਠੰਡ ਲੱਗਦੀ ਹੁੰਦੀ ਸੀ ਉਰੇ ਅਗਸਤ ਵਿੱਚ ਵੀ ਅਤੇ ਹੁਣ ਮੈਂ ਯੂਜ਼ ਟੂ ਹੋ ਗਿਆ ਮੈਨੂੰ ਹੁਣ ਅੱਜ ਮਾਈਨਸ ਆ ਅਤੇ ਮੈਨੂੰ ਅੱਜ ਮਾਈਨਸ ਦੇ ਵਿੱਚ ਵੀ ਠੰਡ ਨਹੀਂ ਲੱਗ ਰਹੀ ਜੇ ਕੱਲ੍ਹ 7 ਡਿਗਰੀ ਸੀਗਾ ਘੱਟ ਟੈਂਪਰੇਚਰ ਜਿਹੜੀ ਕੱਲ੍ਹ ਨਿਕਲ ਕੇ ਗਈ ਆ ਧੁੱਪ ਨਿਕਲੀ ਹੋਈ ਸੀ 7 ਡਿਗਰੀ ਦੇ ਵਿੱਚ ਕੱਲ੍ਹ ਮੈਂ ਅੱਧੀਆਂ ਵਾਂ 'ਚ ਫਿਰਦਾ ਪਿਆ ਸੀ ਬਾਹਰ ਸੋ ਉੱਦਾਂ ਦਾ ਬੰਦਾ ਹੋ ਜਾਂਦਾ ਵਾ ਇੰਨੀ ਕੋਈ ਚੱਕਰ ਵਾਲੀ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਹੈਗੀ ਚੱਲੀ ਜਾਣਾ ਸਾਰਾ ਕੁਛ ਦਿਖਦੀ ਆ ਘਰਾਂ ਦੇ ਉੱਤੇ ਸਨੋਹ ਚਿੱਟੀ ਚਿੱਟੀ ਚਾਦਰ ਵਿਛ ਗਈ ਆ ਆ ਗੱਡੀਆਂ ਜਾ ਰਹੀਆਂ ਨੇ ਸਨੋਹ ਨਾਲ ਭਰੀਆਂ ਸਾਰੇ ਜਵਾਕਾਂ ਨੂੰ ਲੈਣ ਵਾਲੇ ਖੜ੍ਹੇ ਆ ਠੰਡ ਤਾਂ ਨਹੀਂ ਹੈਗੀ ਇੰਨੀ ਪਰ ਸਨੋਹ ਇੰਨੀ ਕਾ ਇਹ ਸਟਾਰਟਿੰਗ ਆ ਹਾਲੇ ਸਨੋਹ ਦੀ ਸੀਜ਼ਨ ਦੀ ਪਹਿਲੀ ਸਨੋਹ ਪਈ ਆ ਮਤਲਬ ਵਿੰਟਰ ਦੀ ਅਤੇ ਪਹਿਲੀ ਸਨੋਹ ਨਹੀਂ ਅੱਜ ਆਹ ਹਾਲ ਕਰਤਾ ਵਾ ਉਰੇ ਚੱਟਮ ਚੱਟਾ ਕਰਤਾ ਸਾਰਾ ਕੁਛ ਦਰੱਖਤ ਵੀ ਇੱਦਾਂ ਦੇ ਕਰਤੇ ਇਹ ਸਨੋਹ ਹਾਲੇ ਗਿਰ ਰਹੀ ਆ ਇਹ ਤੋਂ ਬਾਅਦ ਇਹਨਾਂ ਨੇ ਜੰਮ ਜਾਣਾ ਵਾ ਹਾਲੇ ਠੰਡ ਵੀ ਨਹੀਂ ਇੰਨੀ ਹੈਗੀ ਹੱਥ ਵੀ ਨਹੀਂ ਸੁੰਨ ਹੁੰਦੇ ਕਿਉਂਕਿ ਜਦੋਂ ਉਰੇ ਸਨੋਹ ਪੈਂਦੀ ਆ ਉਦੋਂ ਹੱਥ ਨੇ ਉਦੋਂ ਠੰਡ ਘੱਟ ਜਾਂਦੀ ਆ ਸਨੋਹ ਤੋਂ ਬਾਅਦ ਠੰਡ ਵੱਧਦੀ ਆ ਉਰੇ ਦਰੱਖਤਾਂ ਦਾ ਆਹ ਹਾਲ ਆ ਇੱਦਾਂ ਤੁਰਦੇ ਆ ਇਹੋ ਜਿਹੇ ਬੂਟ ਹੁੰਦੇ ਆ ਸਨੋਹ ਵਾਲੇ ਭਾਰੀ ਭਾਰੀ ਪਹਿਲਾਂ ਪਹਿਲਾਂ ਦੀ ਆਦਤ ਹੁੰਦੀ ਇਹਨਾਂ ਦੀ ਹੌਲੀ ਹੌਲੀ ਆਦਤ ਪੈ ਜਾਂਦੀ ਆ ਪਾਉਣ ਦੀ ਕਿਉਂਕਿ ਆਪਾਂ ਪਾਏ ਨਹੀਂ ਹੁੰਦੇ ਕਦੇ ਅਤੇ ਇੱਦਾਂ ਜਾਂਦੇ ਆ ਪੈਰ ਸਨੋਹ ਦੇ ਵਿੱਚ ਬਾਕੀ ਇੱਥੇ ਤੱਕ ਪਹੁੰਚੇ ਹਾਂ ਤਾਂ ਕੁਛ ਕਰਨਾ ਤਾਂ ਹੈਗਾ ਹੀ ਆ ਜ਼ਿੰਦਗੀ 'ਚ ਔਖਾ ਟਾਈਮ ਹੁੰਦਾ ਵਾ ਸਾਰਿਆਂ ਨੂੰ ਸਟਰਗਲ ਕਰਨਾ ਪੈਂਦਾ ਕੋਈ ਵੀ ਪਹਿਲੇ ਦਿਨ ਹੀ ਨਹੀਂ ਗੱਡੀਆਂ ਕਾਰਾਂ ਲੈ ਲੈਂਦਾ ਵਾ ਸਭ ਨੂੰ ਬੱਸਾਂ ਜਾਣਾ ਪੈਂਦਾ ਵਾ ਇਸ ਕਰਕੇ ਚਿੰਤਾ ਵਾਲੀ ਕੋਈ ਲੋੜ ਨਹੀਂ ਹੈਗੀ ਹੁਣ ਚੱਟ ਛੱਤਰੀ ਲੈ ਕੇ ਚੱਲਿਆ ਕਿਹੜਾ ਕਦੇ ਇੰਡੀਆ 'ਚ ਗੱਡੀ ਤੋਂ ਬਿਨਾਂ ਗੱਲ ਨਹੀਂ ਕਰਦੇ ਸੀਗੇ ਇੱਥੇ ਹੁਣ ਬੱਸਾਂ 'ਚ ਜਾਣਾ ਪੈਂਦਾ ਦੋ ਦੋ ਘੰਟੇ ਲਾ ਕੇ 15 ਮਿੰਟ ਦਾ ਰਾਹ ਹੁੰਦਾ ਦੋ ਘੰਟੇ ਗੱਡੀ 'ਚ ਲੱਗਦੇ ਆ ਅਤੇ ਬੱਸ 'ਚ ਲੱਗਦੇ ਆ ਕਰਨਾ ਹੀ ਪੈਂਦਾ ਵਾ ਪੋਜ਼ੀਟਿਵ ਰਹੋ ਨੈਗੇਟਿਵ ਸੋਚੀ ਚੱਲੋਗੇ ਨੈਗੇਟਿਵ ਰਹੋਗੇ ਪੋਜ਼ੀਟਿਵ ਸੋਚੀ ਜਾਓਗੇ ਪੋਜ਼ੀਟਿਵ ਰਹੋਗੇ ਇੱਦਾਂ ਦਾ ਚਿੱਕੜ ਬਣ ਜਾਂਦਾ ਚਿੱਕੜ ਅਤੇ ਸਾਲਾ ਤੁਰ ਵੀ ਨਹੀਂ ਹੁੰਦਾ ਹੈਗਾ ਫਿਰ ਅਤੇ ਸਭ ਤੋਂ ਵੱਧ ਗਿਰਨ ਦੇ ਚਾਂਸ ਇਹਦੇ ਵਿੱਚ ਹੀ ਹੁੰਦੇ ਨੇ ਚਿੱਕੜ ਦੇ ਵਿੱਚ ਆ ਚਿੱਕੜ ਬਣ ਗਿਆ ਦੇਖੋ ਆਹ ਸਨੋਹ ਹਟਣ ਤੋਂ ਬਾਅਦ ਟੈਂਪਰੇਚਰ ਘੱਟ ਜਾਣਾ ਵਾ ਅਤੇ ਇਹਨੇ ਬਲੈਕ ਆਈਸ ਬਣ ਜਾਣਾ ਵਾ ਜੰਮ ਕੇ ਬਸ ਫਿਰ ਇਹੀ ਚੱਡੇ ਬਣਦੇ ਜਦੋਂ ਬੰਦਾ ਗਿਰਦਾ ਵਾ ਹੋਰ ਇੱਦਾਂ ਦਾ ਕਾਮਯਾਬ ਹੁੰਦਾ ਮੌਸਮ ਚੈੱਕ ਕਰੋ ਇੱਦਾਂ ਦਾ ਹੋ ਜਾਂਦਾ ਵਾ ਫਿਰ ਚਿੱਟਮ ਚਿੱਟੇ ਹੋ ਗਏ ਘਰ ਹਾਲ ਦੇਖ ਲਓ ਮਿੱਤਰੋ ਉਰੇ ਹਾਲੇ 4 ਕੁ ਘੰਟੇ ਸਨੋਹ ਪਈ ਆ ਅਤੇ ਆਹ ਹਾਲ ਹੋ ਗਿਆ ਵਾ ਉਰੇ ਹਾ ਮੌਸਮ ਦੇਖੋ ਟਾਈਮ ਹਾਲੇ 4-5 ਵਜੇ ਆ ਹਾਲੇ ਐਂ ਲੱਗਦਾ ਜਿਵੇਂ ਹਨੇਰਾ ਹੋ ਗਿਆ